ਸਿੰਘ ਮਜੀਠੀਏ ਹੁਣੀ ਵੀ ਬਿਆਨ ਦੇ ਰਹੇ ਸੀ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਉਹ ਤੇ ਅਕਾਲੀ ਲੀਡਰ ਨੇ ਤੇ ਮੈਂ ਪੁੱਛਣਾ ਚਾਹੁੰਨਾ ਅਕਾਲ ਤਖਤ ਦੇ ਜਥੇਦਾਰਾਂ ਨੂੰ ਵੀ ਕੀ ਸਹਿਮਤ ਹੋ ਗੁਰੂ ਗ੍ਰੰਥ ਸਾਹਿਬ ਨੂੰ ਇਸ ਤਰ੍ਹਾਂ ਵਰਤਿਆ ਜਾ ਸਕਦਾ ਹੈ ਲੋਕ ਕਹਿੰਦੇ ਹੁੰਦੇ ਨੇ ਕਿ ਗੁਰਦੁਆਰਿਆਂ ਚ ਨਾ ਵੜਿਓ ਜਦੋਂ ਕੋਈ ਚੜ ਕੇ ਆਵੇਗਾ ਤੇ ਅਸੀਂ ਤੇ ਗੁਰਦੁਆਰਾ ਹੀ ਨਾਲ ਲੈ ਕੇ ਤੁਰਪੇ ਪੰਜਾਬ ਪੁਲਿਸ ਵਾਲਿਆਂ ਨੂੰ ਪੁੱਛਣਾ ਚਾਹੁੰਦੇ ਆ ਵੀ ਜੇ ਕੋਈ ਬੈਂਕ ਦੇ ਵਿੱਚ ਲੁੱਟਣ ਵਾਸਤੇ ਆ ਜਾਣ ਤੇ ਗੁਰੂ ਸਾਹਿਬ ਨੂੰ ਅੱਗੇ ਲਾ ਲਿਆਉਣ ਫਿਰ ਉਹ ਆਉਣ ਦੇਣਗੇ ਗਿਆਨੀ ਹਰਪ੍ਰੀਤ ਸਿੰਘ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਸਾਡੇ ਵਰਗਿਆਂ ਨੂੰ ਤੁਸੀਂ ਕਹਿੰਦੇ ਹੋ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਹੋ ਹੁਣ ਜਿਹੜੀਆਂ ਸਤਕਾਰ ਕਮੇਟੀਆਂ ਨੇ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਥਾਂ ਥਾਂ ਉੱਤੇ ਡਾਂਗਾਂ ਚੁੱਕ ਕੇ ਤੁਰ ਪੈਨੇ ਹੋ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਹੁਣ ਦੱਸੋ ਸਿੰਘ ਮਜੀਠੀਏ ਹੁਣੀ ਵੀ ਬਿਆਨ ਦੇ ਰਹੇ ਸੀ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਉਹ ਤੇ ਅਕਾਲੀ ਲੀਡਰ ਨੇ ਤੇ ਮੈਂ ਪੁੱਛਣਾ ਚਾਹੁੰਨਾ ਅਕਾਲ ਤਖਤ ਦੇ ਜਥੇਦਾਰਾਂ ਨੂੰ ਵੀ ਕੀ ਸਹਿਮਤ ਹੋ ਗੁਰੂ ਗ੍ਰੰਥ ਸਾਹਿਬ ਨੂੰ ਇਸ ਤਰ੍ਹਾਂ ਵਰਤਿਆ ਜਾ ਸਕਦਾ ਅੱਜ ਇੱਕ ਫੋਟੋ ਵਿਖਾਈ ਜਾ ਰਹੀ ਹੈ ਕਿ ਪੁਰਾਣੇ ਵੇਲਿਆਂ ਦੇ ਵਿੱਚ ਵੀ ਸਿੰਘ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਜਾਂਦੇ ਹੁੰਦੇ ਸੀ ਉਹ ਉਹ ਲੈ ਕੇ ਜਾਂਦੇ ਸੀ ਉਹਨਾਂ ਨੇ ਤੰਬੂ ਦੇ ਵਿੱਚ ਕਿਤੇ ਨਾ ਕਿਤੇ ਗੁਰੂ ਸਾਹਿਬ ਨੂੰ ਰੱਖਣਾ ਦਰਖਤਾਂ ਦੇ ਥੱਲੇ ਬਰਾਜਮਾਨ ਕਰਨਾ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਜ਼ਰੂਰ ਲੈਂਦੇ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਇੱਥੇ ਰੱਖ ਕੇ ਫਿਰ ਲੜਾਈ ਲੜਨ ਆਪ ਜਾਂਦੇ ਸੀ ਲੜਾਈ ਆਪ ਲੜਦੇ ਸੀ ਗੁਰੂ ਸਾਹਿਬ ਦਾ ਵਾਕ ਲੈ ਕੇ ਹੁਕਮਨਾਮਾ ਲੈ ਕੇ ਜਾਂਦੇ ਸੀ ਗੁਰੂ ਗ੍ਰੰਥ ਸਾਹਿਬ ਨੂੰ ਚੁੱਕ ਕੇ ਨਹੀਂ ਸੀ ਲੜਨ ਵਾਸਤੇ ਤੁਰ ਪੈਂਦੇ ਕੀ ਅੱਗੋਂ ਜੇ ਪਾਣੀ ਦੀਆਂ ਬਿਛਾੜਾਂ ਮਾਰ ਦਿੰਦੀ ਪੁਲਿਸ ਅੱਗੇ ਸਿੱਖ ਨਾ ਹੁੰਦੇ ਉੱਥੇ ਕੱਲ ਜਿਆਦਾ ਉੱਥੇ ਹੋਰ ਕਮਿਊਨਿਟੀ ਦੇ ਬੰਦੇ ਹੋਰ ਸਟੇਟ ਦੀ ਪੁਲਿਸ ਮੰਗਾ ਲਈ ਜਾਂਦੀ ਹੋਰ ਬੰਦੇ ਆ ਜਾਂਦੇ ਆਰਮੀ ਆ ਜਾਂਦੀ ਉਹਨਾਂ ਨੇ ਪਾਣੀ ਦੀਆਂ ਬਿਛਾੜਾ ਮਾਰ ਦੇਣੀਆਂ ਅਸੀਂ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਨਹੀਂ ਸੀ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਲ ਤੁਰਪੇ ਲੋਕ ਕਹਿੰਦੇ ਹੁੰਦੇ ਨੇ ਕਿ ਗੁਰਦੁਆਰਿਆਂ ਚ ਨਾ ਬੜਿਓ ਜਦੋਂ ਕੋਈ ਚੜ ਕੇ ਆਵੇਗਾ ਤੇ ਅਸੀਂ ਤੇ ਗੁਰਦੁਆਰਾ ਹੀ ਨਾਲ ਲੈ ਕੇ ਤੁਰਪੇ ਜੇ ਅੱਗੇ ਆਰਮੀ ਨੂੰ ਸੱਦ ਲੈਂਦੇ ਫਟਾਫਟ ਕਾਲ ਹੁੰਦੀ ਵੀ ਫੌਜ ਆ ਜਾਏ ਤੇ ਫੌਜ ਵਾਲੇ ਸਿੱਖ ਨਾ ਆਉਂਦੇ ਤੇ ਉਹ ਆ ਕੇ ਪਾਣੀ ਦੀਆਂ ਬਿਛਾੜਾ ਮਾਰਦੇ ਕੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਨਾ ਕੱਲ ਹੁੰਦੀ ਕੱਲ ਕੀ ਕੁਝ ਹੋ ਸਕਦਾ ਸੀ ਜੇ ਦਿਮਾਗ ਨਾ ਵਰਸਦੇ ਪੰਜਾਬ ਪੁਲਿਸ ਵਾਲੇ ਉੱਥੇ ਡਾਂਗਾ ਵੀ ਖਾ ਲਈਆਂ ਉਹਨਾਂ ਨੇ ਤਲਵਾਰਾਂ ਵੀ ਖਾ ਲਈਆਂ ਕਹਿੰਦੇ ਵੜ ਜੋ ਕੋਈ ਗੱਲ ਨਹੀਂ ਪਰ ਗੁਰੂ ਗ੍ਰੰਥ ਸਾਹਿਬ ਵਾਸਤੇ ਹੁਣ ਅਸੀਂ ਕੀ ਕਰੀਏ ਉਹਨਾਂ ਨੇ ਰਿਸਪੈਕਟ ਕੀਤੀ ਠੀਕ ਹੋ ਗਿਆ ਪਰ ਪੰਜਾਬ ਪੁਲਿਸ ਵਾਲਿਆਂ ਨੂੰ ਪੁੱਛਣਾ ਚਾਹੁੰਦੇ ਆ ਵੀ ਜੇ ਕੋਈ ਬੈਂਕ ਦੇ ਵਿੱਚ ਲੁੱਟਣ ਵਾਸਤੇ ਆ ਜਾਣ ਤੇ ਗੁਰੂ ਸਾਹਿਬ ਨੂੰ ਅੱਗੇ ਲਾ ਲਿਆਉਣ ਫਿਰ ਉਹ ਆਉਣ ਦੇਣਗੇ ਕਿਸੇ ਵੀ ਬੈਂਕ ਨੂੰ ਇਦਾਂ ਲੁੱਟਿਆ ਜਾ ਸਕਦਾ ਕਿਤੇ ਹਰਥਾਂ ਤੇ ਇਦਾਂ ਹੋ ਸਕਦਾ ਤੇ ਮੈਂ ਪੁੱਛ ਰਿਹਾ ਸੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਮੈਂ ਪੁੱਛਣਾ ਚਾਹੁੰਨਾ ਵੀ ਸਾਡੇ ਵਰਗਿਆਂ ਨੂੰ ਤੁਸੀਂ ਕਹਿੰਦੇ ਹੋ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਹੋ ਹੁਣ ਜਿਹੜੀਆਂ ਸਤਕਾਰ ਕਮੇਟੀਆਂ ਨੇ ਉਹਨਾਂ ਨੂੰ ਪੁੱਛਣਾ ਚਾਹੁੰਨਾ ਵੀ ਤੁਸੀਂ ਥਾਂ ਥਾਂ ਉੱਤੇ ਡਾਂਗਾਂ ਚੁੱਕ ਕੇ ਤੁਰ ਪੈਨੇ ਹੋ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋ ਗਈ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋ ਗਈ ਹੁਣ ਦੱਸੋ ਇਹ ਕਹਿੰਦੇ ਨੇ ਨਹੀਂ ਜੀ ਪੁਰਾਣੇ ਸਿੱਖ ਵੀ ਲੈ ਕੇ ਜਾਂਦੇ ਸੀ ਪੁਰਾਣੇ ਸਿੱਖ ਲੈ ਕੇ ਜਾਂਦੇ ਸੀ ਸੇਫ ਜਗ੍ਹਾ ਤੇ ਗੁਰੂ ਸਾਹਿਬ ਨੂੰ ਪ੍ਰਕਾਸ਼ ਕਰਕੇ ਆਪ ਲੜਾਈ ਲੜਨੇ ਜਾਂਦੇ ਸੀ ਪਾਲਕੀ ਦੇ ਪਿੱਛੇ ਲੱਗ ਕੇ ਨਹੀਂ ਸੀ ਆਪ ਜਾਂਦੇ ਇਹ ਕੁਝ ਹੁੰਦਾ ਸੀ ਬਾਕੀ ਸਾਰੇ ਘਟਨਾ ਕਰਮ ਨੂੰ ਤੁਸੀਂ ਵਿਚਾਰ ਕੇ ਵੀ